तरीक तो लैके असी अपनी झोने की बिजाई शुरू करनी है। ये ट्यूबवैल 8 घंटे लगातार बिजली देंगे ताकि थोड़ी फसल अपने लगा सकी है। अपनी फसल कणक की वधिया हुई है और मैं आस करदा कि तुसी अपने झोने की फसल भी वधिया लाओगे और फसल जदों वाढ़ी का समय होगा वधिया होगी साडे पंजाब च। इहदे लई साडी सरकार ने कुछ तां मशीनां कीतियां ने डायरेक्ट सोइंग वास्ते कि एकदम अपने आप ही बीज लगा दिओ खेत दे विच। ਉਹ ਜੋ ਹੁਣ ਤਾਂ ਹੀ ਰਿਪੋਰਟਾਂ ਆ ਰਹੀਆਂ ਨੇ ਜਿਨ੍ਹਾਂ ਨੇ ਲਾਈਆਂ ਨੇ ਕਿ ਬੜੀ ਅੱਛੀ ਰਿਪੋਰਟਾਂ ਆ ਰਹੀਆਂ ਨੇ ਕਿ ਝੋਨਾ ਬੜੀ ਅੱਛੀ ਤਰ੍ਹਾਂ ਜੰਮ ਰਿਹਾ ਔਰ 20 ਦਿਨਾਂ ਬਾਅਦ ਪਾਣੀ ਦੀ ਲੋੜ ਪੈਂਦੀ ਹੈ। ਸੋ ਇਹ ਬੜੀ ਅੱਛੀ ਤਰੀਕੇ ਨਾਲ ਇਹ ਕੰਮ ਹੋ ਰਿਹਾ। ਪਾਣੀ ਵੀ ਬਚਤ ਹੋਊਗੀ, ਤੁਹਾਡੀ ਲੇਬਰ ਦੀ ਵੀ ਬਚਤ ਹੋਊ ਔਰ ਦੂਜੇ ਪਾਸੇ ਹੁਣ ਤੁਹਾਡੀ ਟ੍ਰਾਂਸਪਲਾਂਟਿੰਗ ਦਾ ਵੀ ਹੈ ਤੋ ਉਹਦਾ ਵੀ ਅਸੀਂ ਉਹ ਤੁਹਾਨੂੰ ਪਾਣੀ ਪੂਰਾ ਮਿਲੇਗਾ। ਲੇਕਿਨ ਮੈਂ ਇੱਕ ਗੱਲ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹ ਜਿਹੜੀ ਕੋਵਿਡ ਦੀ ਬਿਮਾਰੀ ਹੈ ਇਹ ਫੈਲ ਰਹੀ ਹੈ, ਇਹ ਪੂਰੇ ਹਿੰਦੁਸਤਾਨ ਚ ਫੈਲ ਰਿਹਾ, ਦੁਨੀਆਂ ਚ ਫੈਲ ਰਿਹਾ ਔਰ ਆਪਣੇ ਪੰਜਾਬ ਵਿਚ ਵੀ ਫੈਲ ਰਹੀ ਹੈ। ਤੁਸੀਂ ਇਹਦਾ ਧਿਆਨ ਰੱਖੋ, ਤੁਹਾਨੂੰ ਚੀਜ਼ਾਂ ਦੱਸੀਆਂ ਗਈਆਂ ਨੇ ਡਾਕਟਰਾਂ ਨੇ, ਉਹ ਤੁਸੀਂ ਪੂਰਾ ਉਹਦਾ ਇਸਤੇਮਾਲ ਕਰੋ। ਤੁਸੀਂ ਆਪਣੇ ਹੱਥ ਧੋਵੋ, ਤੁਸੀਂ ਜਿਹੜਾ ਇੱਕ ਦੂਜੇ ਦਾ ਫਾਸਲਾ ਰੱਖਣਾ ਉਹ ਰੱਖੋ ਔਰ ਤੁਸੀਂ ਮਾਸਕ ਜ਼ਰੂਰ ਪਾ ਕੇ ਕੰਮ ਕਰੋ। ਇਹ ਖਤਰਨਾਕ ਬਿਮਾਰੀ ਹੈ ਔਰ ਮੈਂ ਆਸ ਕਰਦਾ ਕਿ ਤੁਸੀਂ ਜਦੋਂ ਆਪਣਾ ਕੰਮ ਕਰੋਗੇ ਇਹ ਸਾਰੀਆਂ ਗੱਲਾਂ ਤੁਸੀਂ ਅਪਣਾਓਗੇ ਤਾਂ ਕਿ ਆਪਾਂ ਪੰਜਾਬ ਤੋਂ ਇਹ ਬਿਮਾਰੀ ਨੂੰ ਕੱਢ ਸਕੀਏ।